ਓਏ ਤੁਹਾਡਾ ਕੀ ਪਤਾ ਕਿੱਥੋਂ ਆਟਾ ਮੰਗਣ ਚਲੇ ਜਾਓ ਮੇਰਾ ਨਾਂ ਦੱਸ ਕੇ ਮੁਕਦੇ ਵੀ ਵੇਖੀਏ ਨਾ ਦੁਨੀਆ ਲਾਹੌਰ 'ਚ ਸਭ ਤੋਂ ਗੰਦੇ ਕਿਹੜੇ ਬੰਦੇ ਨੇ ਸਭ ਤੋਂ ਪਹਿਲੇ ਤੇਰੀ ਫੋਟੋ ਆ ਰਹੀ ਤਾਂ ਸਭ ਤੋਂ 120 ਰੁਪਏ ਦੀ ਪੈਂਟ ਪਾਈ ਹੈ ਐਡੀ ਤੂੰ ਸ਼ਲਟ ਪਾਈ ਹੈ ਕੱਲ ਇੱਕ ਖਾਲਾ ਦੀ ਡਿੱਗੀ ਕੋਠੇ ਤੋਂ ਜਿਵੇਂ ਗੱਡਰ ਖੋ ਰਿਹਾ ਮਾਂਸ ਫੜਿਆ ਤੂੰਪਾਗਲੀ ਜੇ ਅਸੀਂ ਦੋਨੇ ਭਰਾ ਇੰਜ ਲੱਗ ਰਿਹਾ ਜਿਵੇਂ ਕੂੜਾ ਚੁੱਕਣ ਵਾਲੇ ਆ ਨਾ ਮੇਰੀ ਹਾਲਤ ਨਾ ਤੁਹਾਡੀ ਸੂਰਤ ਤੇ ਸਮਝੋ ਬਾਹਰ ਹੈ ਉਹ ਜਾ ਕੇ ਟਰੱਕ ਅੱਡੇ ਤੇ ਇੱਟਾਂ ਖੇਡ ਜਾ ਕੇ ਪਾਗਲ ਜਾ ਆਪ ਅੱਛੇ ਲੱਗੇ ਮੈਂ ਅੱਛਾ ਲੱਗਾ ਤੈਨੂੰ अस्सलाम वालेकुम हसनैन अब्बास 22 चैनल के साथ आपकी खिदमत में एक दफा फिर हाजिर हुआ हूँ। ये हमारे साहब हैं लाहौर के बब्बर शेर, अपना नाम बताएं बब्बर शेर साहब। मैं अपना नाम दस रहा ओए ਤੁਹਾਡਾ ਕੀ ਪਤਾ ਕਿਥੋਂ ਆਟਾ ਮੰਗਣ ਚਲੇ ਜਾਓ ਮੇਰਾ ਨਾਮ ਦੱਸ ਕੇ ਨਹੀਂ ਸਰ ਹਮ ਆਪਕੀ ਖਿਦਮਤ ਕੀ ਬਿਆ ਮੈਨੂੰ ਪਹਿਲੇ ਇਹ ਤਾਂ ਦੱਸੋ। ये सर हम बेसिकली लोगों से इंटरव्यू ले रहे हैं। पर ना की है चैनल का नाम है 22 चैनल। इस तो बाद मैं लगता है कि 115 की लोड पैगी ईदी वाले दी। हाँ नहीं नहीं वो भी काम करेंगे, मुल्क में ईदी की जरूरत पड़ गई। परेशान हो गया किस तरह के एंकर आ गए और चेहरे तेरे रोना की कोई नहीं सर। तुसी मेरा मैं तो परेशान हो गया मेरी लग रहा मेरे अभी दोनों भरा इंज लग रहे हैं जिम्मे कूड़ा चुकन वाले ना मेरी हालत ना ਤੁਹਾਡੀ ਸੂਰਤ ਸਮਝੋ ਬਾਹਰ ਹੈ। ਨਹੀਂ ਮੈਂ ਤਾਂ ਆਪਣੀ ਜੌਬ ਕਰ ਰਹਾ ਹਾਂ। ਮੁਕਦੇ ਵੀ ਵੇਖੀਏ ਨਾ ਦੁਨੀਆ ਲਾਹੌਰ 'ਚ ਸਭ ਤੋਂ ਗੰਦੇ ਕਿਹੜੇ ਬੰਦੇ ਨੇ ਸਭ ਤੋਂ ਪਹਿਲੇ ਤੇਰੀ ਫੋਟੋ ਆ ਰਹੀ। ਚਲੋ ਕਿਸੇ ਨਾ ਕਿਸੇ ਲਿਸਟ ਤੇ ਪਹਿਲੇ ਨੰਬਰ ਤੇ ਆਵਾਂਗੇ। ਮੁਕਦੇ ਵੀ ਵੇਖ ਲੈ। ਓਕੇ ਸਰ ਮੈਂ ਉਹ ਵੀ ਦੇਖ ਲੈ। ਤੇਰੀ ਅੱਖਾਂ 'ਚ ਪਾਣੀ ਕਿਉਂ ਆ ਗਿਆ? ਤੂੰ ਪਾਣੀ ਨਾਲ ਮੂੰਹ ਧੋ ਲੈ। ਨਹੀਂ ਨਹੀਂ ਐਸੀ ਕੋਈ ਬਾਤ ਨਹੀਂ ਹੈ। ਤੂੰ ਮੇਰਾ ਇੰਟਰਵਿਊ ਕਰਨ ਆਇਆ? ਤੂੰ ਮੇਰਾ ਇੰਟਰਵਿਊ ਕਰਨ ਆਇਆ? ਉਹ ਜਾ ਕੇ ਟਰੱਕ ਅੱਡੇ ਤੇ ਇੱਟਾਂ ਖੇਡ ਜਾ ਕੇ ਪਾਗਲ ਜਾ। ਮੇਰਾ ਇੰਟਰਵਿਊ ਕਰਨ ਆ ਗਿਆ। आप अच्छे लगे मैं अच्छा लगा तेनू तू मैं लग रहा पेशावर का चक्कर लाया नहीं ऐसी कोई कुछ लगेगा तेन सदका तुदका भी लगेगा पैसे काट यार 10 रुपया तू एंजन मरोड़ रहा एंज अपने लो मम्मी डैडी बने तू दाता सब तू 120 रुपए की पेंट पाई है एडी तू शर्ट पाई है कल एक खाला दी डिगी कोठे तो सर तुम किस तरह पता है सारिया गल मैं सब कुछ पता क्योंकि तेरे तेरे को जिस तरह की सह की बो आ रही है ना ਇਹੋ ਜੀ ਮੇਰੀ ਫੁੱਫੀ ਦੇ ਬੰਦੇ ਕੋਲੋਂ ਵੀ ਆਂਦੀ ਹੈ। ਅੱਛਾ 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 ਯਾਨੀ ਤੁਸੀਂ ਬੌਵਾਂ ਸੁੰਘਦੇ ਰਹਿੰਦੇ ਹੋ ਸਾਰੇ ਬੌਵਾਂ ਦੀ ਵੀ ਸ਼ਨਾਖਤ ਰੱਖੀ। ਓ ਖੁਦਾ ਦਾ ਨਾ ਮਾਈਕ ਤਮੀਨ ਨਾ ਫੜਾ ਨਹੀਂ ਲੱਗਦਾ ਜਿਵੇਂ ਥੋੜੀ ਫੜੀ ਹੈ ਬਜਲੀ ਕੁੱਟਣ ਵਾਲਾ ਤੂੰ ਕਿੰਨੇ ਤਨ ਵੈਂਕਰ ਬਣਾ ਦਿੱਤਾ ਪਾਗਲ ਜਾਂ ਬਾਰ ਬਾਰ ਇੰਜਨ ਕਰ ਰਿਹਾ। ਨਹੀਂ ਨਹੀਂ ਮੇਰੀ ਟਿਊਬ ਜਿਵੇਂ ਕੋਨਾ ਵਾਲੀ ਮਸ਼ੀਨ ਤੇ ਖੜਾ ਹੈ ਗੱਲਾ ਨਹੀਂ ਜਿਵੇਂ ਗੱਡਰ ਖੋ ਰਿਹਾ ਮਾਂਸ ਫੜਿਆ ਤੂੰ ਪਾਗਲ ਜਾਂ सर आप देख रहे होंगे एंजॉय कर बार बार मैंने कह रहे मैंने हाई कोर्ट बैठा वे ले भाग लिया अपनी शक्ल वे तो मेरी शक्ल वे मैडम नाजरीन आप देख रहे होंगे एंजॉय कर कौन देख रहे ने वो अखा का ऑपरेशन करा के आड़े नाजरीन आप देख रहे हो ए मेरे ना शिल्पा शेट्टी खड़ी है पागल जी की ना मैं एक्टर हूं ये एंकर है ठीक है ओ रो ना लबे यार बस बंद कर दे कैमरा भाई बंद कर दे नहीं यार इसकी आंखों में नमी आ गई यार शुगल के चक्कर जंदा दिल ना टूट जाए यार वो इंसान है ਇਹ ਤਾਂ ਵੈਸੇ ਮਜ਼ਾਕ ਕਰ ਰਹੇ ਆ ਨਹੀਂ ਹੁੰਦਾ ਕੁਝ ਵੀ ਅੱਛਾ ਆ ਵੇਖ ਲੈ ਉਹ ਕਹਿੰਦਾ ਕੁਝ ਨਹੀਂ ਹੁੰਦਾ ਇਹਨੂੰ ਡਾਕਟਰ ਨੇ ਰਿਪੋਰਟ ਦਿੱਤੀ ਹੈ ਕਿ ਤੂੰ ਨਾ ਬੁੱਢੀ ਆ ਜਿਹੜਾ ਬੰਦਿਆਂ ਚ ਮਾਸ਼ਾਅੱਲਾ ਮੇਰਾ ਇੰਟਰਵਿਊ ਕਰਨ ਆ ਗਿਆ ਲੋੜ ਤੇ ਤੈਨੂੰ ਕੋਈ ਹੋਰ ਨਹੀਂ ਲੱਭਾ ਸਰ ਨਹੀਂ ਲੱਭਾ ਤੇ ਤੁਸੀਂ ਮਨ ਨਜ਼ਰ ਆਏ ਹੋ ਨਾ ਤੂੰ ਤਾਂ ਜਾ ਕੇ ਬਰਫ਼ ਦੇ ਉੱਤੇ ਚੁੱਲਾ ਬਾਲ ਕੇ ਬੈ ਪਾਗਲ ਜਿਹਾ ਮੇਰੇ ਸਾਹਮਣੇ ਖਲੋਤਾ ਹੈ ਤੂੰ ਇੰਟਰਵਿਊ ਕਰ ਇੱਕ ਮਿੰਟ ਫੋਨ ਆ ਗਿਆ ਹਲੋ नाजरीन आप देख रहे होंगे 200 रुपए एंकर लाके भज गया आ मेरे करीब से लाल कैप पाई है एक मिनट मैं देखना ओह जी बंदा मेरे सामने भी खड़ा है